ਜਿਹੜੀ ਗੱਲ ਇਹਨਾਂ ਨੇ ਹੁਣ ਇਹ ਖਬਰ ਦਿੱਤੀ ਹੋਈ ਆ ਕਿ ਬੱਚੇ ਨੂੰ ਹੀ ਉੱਥੋਂ ਕਿ ਆਪਾਂ ਉੱਥੋਂ ਚੱਕਿਆ ਹੋਇਆ ਵਾ, ਖਰਾ ਸਾਰੇ ਝੂਠ ਆ। ਕਿਉਂਕਿ 8 ਵਜੇ ਬੱਚਾ ਮੇਰਾ ਦੁਕਾਨ ਵਧਾ ਕੇ ਘਰ ਆਇਆ, ਘਰ ਆਣ ਕੇ ਚਾਬੀ ਮੈਨੂੰ ਉਹਨੇ ਫੜਾਈ ਆ, 10 ਮਿੰਟਾਂ ਦੇ ਵਿੱਚ ਕੋਈ ਉਹਦੇ ਨਾਲ ਭਾਈ ਸਿਖਾਇਆ ਉਹ ਲੈ ਕੇ ਚਲ ਗਿਆ ਨਹੀਂ। 10 ਮਿੰਟਾਂ ਵਿੱਚ ਉਹਨਾਂ ਨੇ ਮੈਨੂੰ ਆਣ ਕੇ ਕਹਿ ਦਿੱਤਾ ਕਿ ਤੁਹਾਡਾ ਬੱਚਾ ਚੱਕਿਆ ਗਿਆ। ਜੇ ਮੈਂ ਉਹਨੂੰ ਪੁੱਛਿਆ ਕਿਹੜੀ ਗੱਲ 'ਚ ਚੱਕਿਆ, ਕੌਣ ਆ, ਕੀ ਪੁੱਛ, ਉਹਨੇ ਕਿਹਾ ਕਿ ਇਸ ਤਰ੍ਹਾਂ ਬਾਹਰੋਂ ਪੂਰੀ ਆਈ ਹੋਈ ਹੈ ਵੀ ਹਿੰਦੀ ਬੋਲਦੇ ਪਏ ਆ, ਮੈਨੂੰ ਇਸ ਗੱਲ ਦੀ ਕੋਈ ਨੌਲੇਜ ਨਹੀਂ ਹੈਗੀ। ਕੁਰੂਕਸ਼ੇਤਰ ਦੇ ਅੰਬਾਲਾ ਸ਼ਾਹਵਾਦ ਹਾਈਵੇ ਤੋਂ ਮਿਲਿਆ ਵਿਸਫੋਟਕ ਡਰੋਨ ਰਾਹੀਂ ਪੰਜਾਬ ਦੇ ਵਿੱਚ ਪਹੁੰਚਾਇਆ ਸੀ। ਵਿਸਫੋਟਕ ਦੇ ਵਿੱਚ ਕਰੀਬ 1.30 ਕਿਲੋ RDX ਟਾਈਮਰ, ਬੈਟਰੀ, ਡੋਨੇਟਰ ਅਤੇ ਇਨਵਰਟਰ ਲੱਗਿਆ ਹੋਇਆ ਸੀ। ਇਸ ਵਿੱਚ 9 ਘੰਟੇ ਦਾ ਟਾਈਮਰ ਸੀ। ਇਸ ਕਾਰਨ ਇਹ ਧਮਾਕਾ 15 ਅਗਸਤ ਤੋਂ ਪਹਿਲਾਂ ਕੀਤਾ ਜਾਣਾ ਸੀ। ਇਸ ਨੂੰ ਪਾਕਿਸਤਾਨ ਤੋਂ ਡਰੋਨ ਰਾਹੀਂ ਭੇਜਿਆ ਗਿਆ ਸੀ, ਜਿਸ ਨੂੰ ਤਰਨ ਤਾਰਨ ਦੇ ਵਿੱਚ ਭਾਰਤ ਪਾਕ ਸਰਹੱਦ ਤੇ ਰਹਿਣ ਵਾਲੇ ਸ਼ਮਸ਼ੇਰ ਸਿੰਘ ਨੇ ਕੁਲੈਕਟ ਕੀਤਾ ਸੀ। ਫਿਰ ਉਹ 4 ਦੋਸਤਾਂ ਨਾਲ ਜੂਨ ਦੇ ਵਿੱਚ ਕੁਰੂਕਸ਼ੇਤਰ ਗਿਆ ਸੀ। ਉਸ ਨੇ ਇਸ ਨੂੰ ਉੱਥੇ ਦਰਖਤ ਹੇਠਾਂ ਛੁਪਾ ਦਿੱਤਾ। ਇਸ ਤੋਂ ਬਾਅਦ ਉੱਥੋਂ ਫੋਟੋ ਅਤੇ ਲੋਕੇਸ਼ਨ ਵਿਦੇਸ਼ ਬੈਠੇ ਹੈਂਡਲਰ ਨੂੰ ਭੇਜ ਦਿੱਤੀ ਗਈ। ਇਸ ਤੋਂ ਬਾਅਦ ਉਸਦਾ ਕੰਮ ਖਤਮ ਹੋ ਗਿਆ, ਜਿਸ ਤੋਂ ਬਾਅਦ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਸ਼ਮਸ਼ੇਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉੱਥੇ ਹੀ ਜਦੋਂ ਮੀਡੀਆ ਨੇ ਸ਼ਮਸ਼ੇਰ ਸਿੰਘ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਆਪਣੇ ਬੇਟੇ ਨੂੰ ਬੇਕਸੂਰ ਦੱਸਿਆ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਬੇਟਾ ਪਰਚੂਨ ਦੀ ਦੁਕਾਨ ਦਾ ਕੰਮ ਕਰਦਾ ਸੀ ਅਤੇ ਉਸਦੇ ਸਿਰ ਤੇ ਹੀ ਉਹਨਾਂ ਦਾ ਘਰ ਦਾ ਗੁਜ਼ਾਰਾ ਚੱਲਦਾ। ਕੁਛ ਨੀ ਭਾਜੀ, ਇਹਨੇ ਜਹਿਜ ਹੁਣ ਚੱਲਣ ਦੀ ਹੈ। 2 ਸਾਲ ਹੋ ਗਿਆ ਮੇਰੇ ਹਸਬੈਂਡ ਦੀ ਡੈਥ ਹੋਈ ਹੈ, ਉਦੋਂ ਬਾਅਦ ਮੇਰੇ ਬੱਚੇ ਨੇ ਸਾਰੀ ਦੁਕਾਨ ਦੀ ਜ਼ਿੰਮੇਵਾਰੀ ਉਹਨੇ ਸਮਝੀ ਹੈ। ਉਸ ਤੋਂ ਬਾਅਦ ਜੋ ਵੀ ਖਰਚਾ ਪਾਣੀ ਸਾਰਾ ਮੈਂ ਉਹਦੇ ਸਿਰ ਤੋਂ ਆਪਣਾ ਟਾਈਮ ਪਾਸ ਕਰ ਰਹੀ ਹਾਂ। ਜੇ ਵੇਖੋ ਜੇ ਬੱਚਾ ਇੰਨੀ ਪਾਵਰ ਵਾਲਾ ਹੋਏ, ਤੁਸੀਂ ਮੇਰੀ ਘਰ ਦੀ ਹਾਲਾਤ ਵੀ ਵੇਖ ਸਕਦੇ ਜੇ। ਇਸ ਟਾਈਮ ਉਹ ਕਮਾਉਂਦਾ ਵਾ, ਮੈਂ ਖਾਂਦੀ ਹਾਂ, ਉਸ ਤੋਂ ਬਾਅਦ ਸਾਡੀ ਕੋਈ ਆਮਦਨੀ ਨਹੀਂ ਹੈਗੀ। ਠੀਕ ਆ, ਜਿਹੜੀ ਗੱਲ ਇਹਨਾਂ ਨੇ ਹੁਣ ਇਹ ਖਬਰ ਦਿੱਤੀ ਹੋਈ ਆ ਕਿ ਬੱਚੇ ਨੂੰ ਹੀ ਉੱਥੋਂ ਕਿ ਆਪਾਂ ਉੱਥੋਂ ਚੱਕਿਆ ਹੋਇਆ ਵਾ, ਖਰਾ ਸਾਰੇ ਝੂਠ ਆ। ਕਿਉਂਕਿ 8 ਵਜੇ ਬੱਚਾ ਮੇਰਾ ਦੁਕਾਨ ਵਧਾ ਕੇ ਘਰ ਆਇਆ, ਘਰ ਆਣ ਕੇ ਚਾਬੀ ਮੈਨੂੰ ਉਹਨੇ ਫੜਾਈ ਆ, 10 ਮਿੰਟਾਂ ਦੇ ਵਿੱਚ ਕੋਈ ਉਹਦੇ ਨਾਲ ਭਾਈ ਸਿਖਾਇਆ ਉਹ ਲੈ ਕੇ ਚਲ ਗਿਆ ਉਹਨੂੰ। 10 ਮਿੰਟਾਂ ਵਿੱਚ ਉਹਨਾਂ ਨੇ ਮੈਨੂੰ ਆਣ ਕੇ ਕਹਿ ਦਿੱਤਾ ਕਿ ਤੁਹਾਡਾ ਬੱਚਾ ਚੱਕਿਆ ਗਿਆ ਵਾ। ਜੇ ਮੈਂ ਉਹਨੂੰ ਪੁੱਛਿਆ ਕਿਹੜੀ ਗੱਲ 'ਚ ਚੱਕਿਆ, ਕੌਣ ਆ, ਕੀ ਪੁੱਛ, ਉਹਨੇ ਕਿਹਾ ਕਿ ਇਸ ਤਰ੍ਹਾਂ ਬਾਹਰੋਂ ਪੂਰੀ ਆਈ ਹੋਈ ਹੈ ਵੀ ਹਿੰਦੀ ਬੋਲਦੇ ਪਏ ਆ, ਮੈਨੂੰ ਇਸ ਗੱਲ ਦੀ ਕੋਈ ਨੌਲੇਜ ਨਹੀਂ ਹੈਗੀ। ਪਰਸੋਂ ਤੋਂ ਅਸੀਂ ਦੇਖਭਾਲ ਕਰਦੇ, ਸਾਨੂੰ ਕੋਈ ਵੀ ਕਿਸੇ ਨੇ ਵੀ ਕੋਈ ਸੁਧਾ ਦੇ ਕੇ। ਹੁਣ ਹਰਿਆਣਾ ਪੁਲਿਸ ਸ਼ੇਰਾ ਤੋਂ 10 ਦਿਨ ਦੇ ਰਿਮਾਂਡ ਤੇ ਪੁੱਛਗਿੱਛ ਕਰ ਰਹੀ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਾ ਕਿ ਇਹ 15 ਅਗਸਤ ਤੋਂ ਪਹਿਲਾਂ ਹਰਿਆਣਾ ਅਤੇ ਦਿੱਲੀ ਦੇ ਵਿੱਚ ਹੋਏ ਧਮਾਕੇ ਸਨ। ਤਰਨ ਤਾਰਨ ਤੋਂ ਵਿਜੇ ਕੁਮਾਰ ਦੀ ਰਿਪੋਰਟ, D5 ਚੈਨਲ ਪੰਜਾਬੀ। ਹੋਏਗੀ ਕਿਸਾਨਾਂ ਦੀ ਗੱਲ, ਨਵੀਂ ਖੇਤੀ ਮਸ਼ੀਨਾਂ, ਬੀਜਾਂ ਤੇ ਬਾਗਾਂ ਦੀ ਗੱਲ ਲੈ ਕੇ ਚੱਲਾਂਗੇ ਤੁਹਾਨੂੰ ਰੰਗਲੇ ਪੰਜਾਬ ਦੇ ਖੇਤਾਂ ਵੱਲ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਫਾਰਮਿੰਗ ਵਿਦ ਅਮਰਜੀਤ ਵੜੈਚ, ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 7:30 ਵਜੇ D5 ਚੈਨਲ ਪੰਜਾਬੀ ਤੇ। ਕੀ ਹੁੰਦੀ ਹੈ ਜਮ੍ਹਾਂਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਨਾਇਬ ਤਹਿਸੀਲਦਾਰ .com। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।